ਮੇਰਾ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ। ਜਿਹਦਾ ਕਤਲ ਹੋਇਆ ਉਹ ਮੇਰੀ ਮੰਮੀ ਸੀ, ਉਹਦਾ ਨਾਮ ਸੁਰਿੰਦਰ ਕੌਰ ਸੀ। ਉਹਨਾਂ ਦੀ ਉਮਰ 68 ਸਾਲ ਸੀ। ਮਾਮਲਾ ਇਸ ਵੀਰੇ ਜੀ ਇਹ ਸੀ, ਉਹ ਕਿਸੇ ਦੇ ਘਰਾਂ ਕੰਮ ਕਰਨ ਜਾਂਦੀ ਸੀ, ਪਹਿਲਾਂ ਵੀ ਜਾਂਦੀ ਸੀ ਜੀ। ਇੱਥੇ ਆਪਣੇ ਕੋਲ ਆ ਮੋਤੀ ਜਿੰਦਰ ਕਹਿੰਦੇ ਨੇ, ਉਹਨਾਂ ਦੇ ਘਰਾਂ ਕੰਮ ਕਰਨ ਗਈ ਹੈ, ਘਰਾਂ ਦੱਸ ਕੇ ਗਈ ਹੈ ਜੀ। ਠੀਕ ਹੈ ਜੀ, ਦੱਸ ਕੇ ਗਈ ਆ ਤੇ ਉਹ ਤੋਂ ਬਾਅਦ ਸਾਨੂੰ ਦੋ ਦਿਨ ਮਾਤਾ ਸਾਡੀ ਘਰਾਂ ਨਹੀਂ ਆਈ ਸੀਗੀ। ਕਿੰਨੀ ਤਰੀਕ ਦੀ ਗੱਲ ਹੈ? ਇਹ 17 ਤਰੀਕ ਦੀ 3:30 ਵਜੇ ਦੀ ਗੱਲ ਹੈ ਜੀ। ਅਸੀਂ ਕੱਲ ਸਾਰੇ ਪਿੰਡ ਦੇ ਕੈਮਰੇ ਚੈੱਕ ਕਰੇ, ਉਹ ਪਿੰਡ ਤੋਂ ਬਾਹਰ ਨਹੀਂ ਸੀਗੇ ਜੀ। ਉਹ ਸਿਰਫ ਉਨੇ ਏਰੀਏ ਚ ਗਾਇਬ ਹੋ ਗਈ ਸੀ। ਸਾਰੇ ਪੰਚ ਸਰਪੰਚ ਸਾਡੇ ਨਾਲ ਸੀ, ਕੈਮਰੇ ਦੇਖੇ ਨੇ ਜੀ। ਠੀਕ ਹੈ ਜੀ, ਤੇ ਕੱਲ ਪੁਲਿਸ ਨੇ ਕੀ ਕਰਿਆ ਜੀ, ਲਾਸ਼ ਕੱਢ ਲਈ ਜੀ ਉਹਨਾਂ ਦੇ ਘਰ ਤੋਂ, ਰਸੋਈ ਦੇ ਥੱਲੇ ਤੋਂ। ਜਦਕਿ ਸਾਰੇ ਘਰ ਦੇ ਉੱਥੇ ਕੋਲ ਸੀ, ਆਪਣੀ ਰਸੋਈ 'ਚ ਲਾਸ਼ ਪਈ ਹੋਵੇ ਆਪਾਂ ਨੂੰ ਪਤਾ ਨਾ ਹੋਵੇ ਜੀ ਘਰ 'ਚ, ਹੈ ਨਾ ਜੀ। ਸਾਰੇ ਧੀਆਂ ਭੈਣਾਂ ਉਹਨਾਂ ਦੇ ਘਰਾਂ 'ਚ ਗਏ, ਉਹਨਾਂ ਦੇ ਘਰਾਂ ਕੋਈ ਪ੍ਰੋਗਰਾਮ ਸੀ ਜੀ, ਡੈਥ ਹੋ ਗਈ ਸੀ ਉਹਨਾਂ ਦੀ ਜੀ। ਉਹ ਘਰ ਰਿਸ਼ਤੇਦਾਰ ਵੀ ਰਸੋਈ 'ਚ ਪੈਰਾਂ 'ਚ ਲਾਸ਼ ਪਈ ਸੀ ਜੀ, ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ ਜੀ। ਮੇਰੀ ਮੰਮੀ ਉਹਨਾਂ ਦੇ ਉੱਪਰ ਚਲੀ ਗਈ, ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਗਲ ਘੁੱਟ ਕੇ ਮਾਰ ਬਚਾਉਣੀ। ਉਹਨਾਂ ਦੇ ਘਰਾਂ ਕੰਮ ਕਰਨ ਜਾਂਦੇ ਸੀ, ਮੰਮੀ ਨੂੰ ਪਤਾ ਨਹੀਂ ਸੀ ਜੀ ਉਹ ਲੜਦੇ ਨੇ ਜੀ, ਵੀ ਉਹਨੂੰ ਮਾਰਨ ਲੱਗੇ ਨੇ। ਤੇ ਮੰਮੀ ਅੰਦਰ ਵੜ ਗਈ, ਬਸ ਉਹਨਾਂ ਨੇ ਮਾਰਤਾ ਜੀ। ਫਿਰ ਉੱਧਰੋਂ ਕੀ ਹੋਇਆ, ਮੇਰਾ ਬਾਪੂ ਉੱਧਰੋਂ ਪੁਲ ਤੋਂ ਆ ਰਿਹਾ ਸੀ ਜੀ, ਜਿਹੜੀ ਉਹਨਾਂ ਦੀ ਮੰਮੀ ਸੀ ਉਹਨੂੰ ਜਦ ਗਲ ਘੁੱਟ ਕੇ ਬੀਜ ਮਾਰ ਰਹੇ ਸੀ ਮੇਰੇ ਬਾਪੂ ਨੂੰ, ਉਹਨੇ ਹੱਥ ਮਾਰਿਆ, ਕਹਿੰਦੀ ਮੈਨੂੰ ਛਡਾ ਲਓ। ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ, ਜਿਹੜੀ ਉਹਨਾਂ ਦੀ ਬੁੜੀ ਸੀ ਜੀ। ਠੀਕ ਆ, ਚੱਕ ਕੇ ਪਾਇਆ ਮੇਰੇ ਬਾਪੂ ਨੂੰ, ਉਹਨਾਂ ਨੇ ਚਾਹ ਵੀ ਪਿਲਾਈ ਆ ਜੀ। ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ, ਉਹ ਮੁੰਡੇ ਨੇ ਜਿਹਨੇ ਮਾਰੀ ਯਾਰ, ਬੁੜੇ ਨੇ ਮੰਮੀ ਮਾਰਤੀ ਸੀ ਉਹਨਾਂ ਨੇ ਪਹਿਲਾਂ ਜੀ, ਬਾਪੂ ਨੂੰ ਉਹਨਾਂ ਬਹਾਨੇ ਨਾਲ ਬਿਠਾ ਲਿਆ ਸੀ। ਹਾਂਜੀ, ਪੁਲਿਸ ਨੂੰ ਰਿਪੋਰਟ ਲਿਖਾਈ ਸੀ ਜੀ, ਦੋ ਮੁਲਾਜ਼ਮ ਆਏ ਸੀ, ਮਾੜਾ ਕਿ ਦੇਖ ਕੇ ਚਲੇ ਗਏ ਉਹ, ਮਤਲਬ ਕਿ ਉੱਚੀ ਵਿੱਚ ਕਰੀ ਵੀ ਸੀ। ਉਹ ਫੈਮਿਲੀ ਮੈਂਬਰ ਹੈਗੇ ਨੇ ਜੀ, ਉਹ 'ਚ ਪਿਓ ਆ, ਘਰ ਵਾਲੀ ਆ, ਮੁੰਡਾ ਕੁੜੀ, ਉਹਦੇ ਛੋਟੇ ਛੋਟੇ ਬੱਚੇ ਨੇ। ਪਰਚਾ ਸਿਰਫ ਉਹ ਇੱਕ ਬੰਦੇ ਦੇ ਕੀਤਾ ਇਹਨਾਂ ਨੇ, ਵੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਸੀ। ਜਦਕਿ ਉਹਨਾਂ ਦਾ ਜਿਹੜਾ ਪਿਓ ਸੀ ਉਹ ਵੀ ਉਹਦੇ ਨਾਲ ਸੀ, ਉਹਦੇ ਉੱਤੇ ਕਾਤੇ ਨੀ ਪਰਚਾ ਪਾਇਆ ਉਹਨਾਂ ਨੇ। ਮੰਗ ਕਰਦੇ ਸੀ ਉਹਨੂੰ ਵੀ ਨਾਲ ਸਜ਼ਾ ਹੋਣੀ ਚਾਹੀਦੀ, ਪਰਚਾ ਪਾਇਆ ਜਾਵੇ। ਉਹ ਘਰਾਂ ਫਿਰਦਾ ਪਿਆ ਜੀ, ਉਹ ਤੇ ਕਾਤੇ ਨੀ ਪਰਚਾ ਪਾਇਆ। ਡੈਡ ਬੋਡੀ ਸਮਰਾਲੇ ਪਈ ਆ ਜੀ, ਨਹੀਂ ਹੋਇਆ ਨੀ ਹੈਗਾ, ਪੋਸਟਮਾਰਟਮ ਹੋਇਆ ਨੀ ਹੈਗਾ ਜੀ।